ਜੀ ਅਰਦਾਸ ਵਿੱਚ ਜੁੜੇ ਹੋਏ ਹਨ। ਦੁਨੀਆਂ ਦੀ ਕੋਈ ਸੁਧ ਬੁੱਧ ਨਹੀਂ ਹੈ, ਮਨੋ ਹੋ ਕੇ ਅਰਦਾਸ ਕੀਤੀ ਜਾਏ ਪ੍ਰਵਾਨ ਹੋ ਜਾਂਦੀ ਹੈ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ, ਦਇਆ ਸਿੰਘ ਜੀ ਤਿਆਰੀ ਕਰੋ, ਆਪਾਂ ਕਿਤੇ ਚੱਲਣਾ ਹੈ। ਹੁਕਮ ਦੀ ਪਾਲਣਾ ਹੋਈ, ਸਿੰਘਾਂ ਨੇ ਘੋੜਾ ਤਿਆਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਲਿਆ ਖੜਾ ਕੀਤਾ। ਕਲਗੀਧਰ ਪਾਤਸ਼ਾਹ ਜੀ ਨੇ ਸ਼ਸਤਰ ਵਸਤਰ ਸਜਾਏ ਹੋਏ ਹਨ, ਤੀਰਾਂ ਦਾ ਪੱਥਾ ਮੋਢੇ ਤੇ ਹੈ, ਕਮਾਨ ਔਰ ਗਾਤਰੇ ਸ੍ਰੀ ਸਾਹਿਬ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਗਏ। ਹੁਣ ਇਹ ਸਿੰਘਾਂ ਦਾ ਕਾਫਲਾ ਜਾ ਰਿਹਾ ਹੈ, ਅੱਗੇ ਅੱਗੇ ਕਲਗੀਧਰ ਪਾਤਸ਼ਾਹ ਜੀ, ਬਰੋਬਰ ਤੋਂ ਥੋੜਾ ਜਿਹਾ ਪਿੱਛੇ ਭਾਈ ਦਇਆ ਸਿੰਘ ਜੀ ਚੱਲ ਰਹੇ ਹਨ, ਪਿੱਛੇ ਪਿੱਛੇ ਸਿੰਘ ਕਲਗੀਧਰ ਪਾਤਸ਼ਾਹ ਤੁਰੇ ਜਾ ਰਹੇ ਹਨ। ਪਹੁੰਚ ਗਏ ਉਸ ਘਾਟ ਦੇ ਨਜ਼ਦੀਕ, ਜਦੋਂ ਨਦੀ ਦੇ ਕਿਨਾਰੇ ਘਾਟ ਦੇ ਕਿਨਾਰੇ ਪਹੁੰਚੇ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਉਹ ਸਾਹਮਣੇ ਬੇੜੀਆਂ ਖੜੀਆਂ ਨਜ਼ਰ ਆ ਰਹੀਆਂ ਹਨ, ਉਹਨਾਂ ਬੇੜੀਆਂ ਤੋਂ ਤੁਸੀਂ ਸਿੰਘਾਂ ਨੂੰ ਉਸ ਪਾਰ ਲੈ ਕੇ ਚੱਲੋ, ਅਸੀਂ ਇਧਰ ਦੀ ਆਉਂਦੇ ਹਾਂ। ਦੂਰ ਤੱਕ ਭਾਈ ਦਇਆ ਸਿੰਘ ਨੇ ਨਿਗਾਹ ਮਾਰੀ, ਸੱਚੇ ਪਾਤਸ਼ਾਹ ਕੋਈ ਬੇੜੀ ਨਜ਼ਰ ਨਹੀਂ ਆ ਰਹੀ, ਇਧਰ ਕਿਸ ਤਰ੍ਹਾਂ ਪਾਰ ਹੋਵੋਗੇ? ਕਲਗੀਧਰ ਪਾਤਸ਼ਾਹ ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਨ ਵਾਲੇ, ਕਹਿਣ ਲੱਗੇ, ਨਹੀਂ ਭਾਈ ਦਇਆ ਸਿੰਘ, ਸਾਨੂੰ ਪਾਰ ਕਰਨ ਵਾਸਤੇ ਉਧਰ ਵੀ ਬੇੜੀ ਹੈ। ਕਲਗੀਧਰ ਪਾਤਸ਼ਾਹ ਜੀ ਤੁਰ ਪਏ ਹਨ ਜਿਧਰ ਭਾਈ ਸੈਦਾ ਅਰਦਾਸਾ ਪਿਆ ਕਰਦਾ। ਕਲਗੀਧਰ ਪਾਤਸ਼ਾਹ ਜੀ ਘੋੜੇ ਤੋਂ ਨੀਚੇ ਉਤਰੇ ਔਰ ਭਾਈ ਸੈਦੇ ਦੇ ਪਿਛਲੇ ਪਾਸੇ ਜਾ ਕੇ ਖੜੇ ਹੋ ਗਏ, ਆਵਾਜ਼ ਮਾਰੀ, ਭਾਈ ਸੈਦਿਆ। ਭਾਈ ਸੈਦੇ ਨੇ ਆਵਾਜ਼ ਨਹੀਂ ਸੁਣੀ, ਦੂਸਰੀ ਆਵਾਜ਼ ਮਾਰੀ, ਭਾਈ ਸੈਦਿਆ ਅਸੀਂ ਆ ਗਏ ਹਾਂ। ਆਵਾਜ਼ ਤੇ ਸੁਣੀ ਲੇਕਿਨ ਅਣਸੁਣੀ ਕਰ ਦਿੱਤੀ, ਸੋਚਿਆ ਹੋ ਸਕਦਾ ਕੋਈ ਮੇਰਾ ਅੰਦਰਲਾ ਹੋਕ ਆਈ ਹੋਵੇ। ਤੀਸਰੀ ਆਵਾਜ਼ ਮਾਰੀ, ਭਾਈ ਸੈਦਿਆ ਸਵੇਰ ਦਾ ਪਿਆ ਅਰਦਾਸਾ ਕਰਦਾ ਤੇ ਹੁਣ ਅਸੀਂ ਆ ਗਏ ਤੇ ਤੂੰ ਬੋਲਦਾ ਨੀ। ਭਾਈ ਸੈਦੇ ਦੀ ਅੱਖਾਂ ਖੁੱਲੀਆਂ ਨੇ, ਪਿੱਛੇ ਮੁੜ ਕੇ ਦੇਖਿਆ ਤੇ ਨਦਰੀ ਨਦਰ ਨਿਹਾਲ ਹੋ ਗਿਆ, ਰੋ ਪਿਆ ਭੁੱਬਾ ਮਾਰ ਕੇ, ਭੱਜ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਟਹਿ ਗਿਆ, ਆਪਣਾ ਮਸਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਰੱਖ ਦਿੱਤਾ। ਔਰ ਗੁਰੂ ਗਰੀਬ ਨਿਵਾਜ ਉਸਨੇ ਆਪਣੇ ਬੇਟੇ ਨੂੰ ਦੋਨੋਂ ਮੋਢਿਆਂ ਤੋਂ ਪਕੜਿਆ, ਕਮਰ ਕੱਸਾ ਖੋਲਿਆ, ਆਪਣੇ ਬੇਟੇ ਦਾ ਮੁਖੜਾ ਸਾਫ ਕੀਤਾ ਔਰ ਘੁੱਟ ਕੇ ਆਪਣੀ ਛਾਤੀ ਦੇ ਨਾਲ ਲਗਾ ਲਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਸੈਦਿਆ ਅਸੀਂ ਉਸ ਪਾਰ ਜਾਣਾ,
ਭਾਈ ਸਹਿਦੇ ਨੇ ਦੋਨੇ ਹੱਥ ਜੋੜੇ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਧੰਨ ਭਾਗ ਨੇ ਮੇਰੇ, ਆਓ ਬੈਠੋ। ਕਲਗੀਧਰ ਪਾਤਸ਼ਾਹ ਬੇੜੀ ਵਿੱਚ ਬੈਠ ਕੇ, ਭਾਈ ਸਹਿਦਾ ਬੇੜੀ ਲੈ ਕੇ ਚੱਲਿਆ, ਕਿਨਾਰਾ ਨਜ਼ਦੀਕ ਆਉਂਦਾ, ਕਦੀ ਚੱਪੂ ਮਾਰਦਾ, ਇੱਧਰ ਲੈ ਕਰ ਲੈਂਦਾ, ਕਦੀ ਉੱਧਰ ਲੈ ਜਾਂਦਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਭਾਈ ਸਹਿਦਿਆ ਕਿਨਾਰਾ ਤੇ ਇੱਧਰ ਰਹਿ ਗਏ। ਤੇ ਭਾਈ ਸਹਿਦਾ ਪਤਾ ਕੀ ਕਹਿੰਦਾ, ਕਹਿੰਦਾ ਸੱਚੇ ਪਾਤਸ਼ਾਹ ਜੀ ਦੀਦਾਰ ਕਰਕੇ, ਦਰਸ਼ਨ ਕਰਕੇ ਅਜੇ ਮਨ ਭਰਿਆ ਨਹੀਂ। ਮੇਰਾ ਮਨ ਚਾਹੁੰਦਾ ਕੁਛ ਘੜੀਆਂ, ਦੋ ਘੜੀਆਂ ਆਪ ਜੀ ਦੇ ਦਰਸ਼ਨ ਦੀਦਾਰ ਹੋਰ ਕਰ ਲਵਾਂ, ਮਤਾ ਜ਼ਿੰਦਗੀ ਵਿੱਚ ਮੁੜ ਮੌਕਾ ਮਿਲੇ ਜਾਂ ਨਾ ਮਿਲੇ। ਬੇੜੀ ਕਿਨਾਰੇ ਲੱਗੀ, ਸਿੰਘਾਂ ਸਮੇਤ ਭਾਈ ਦਇਆ ਸਿੰਘ ਜੀ ਨਜ਼ਦੀਕ ਆ ਰਹੇ ਹਨ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਇਸ ਸਿੱਖ ਨੇ ਸਾਨੂੰ ਪਾਰ ਕੀਤਾ, ਕੁਛ ਮੋਹਰਾਂ ਦੇ ਦੇ ਦਿਓ। ਤੇ ਚੀਕ ਉੱਠਿਆ ਭਾਈ ਸਹਿਦਾ, ਕਹਿਣ ਲੱਗਾ, ਨਹੀਂ ਉਹ ਮੇਰੇ ਪਾਤਸ਼ਾਹ, ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਂ ਮੋਹਰਾਂ ਨਹੀਂ ਜੇ ਲੈਣੀਆਂ। ਚੰਗਾ ਭਾਈ ਦਇਆ ਸਿੰਘ ਜੀ, ਇਸ ਸਿੱਖ ਨੂੰ ਪੰਜ ਬੁੱਕ ਮੋਹਰਾਂ ਦੇ ਦਿਓ। ਮੇਰੇ ਪਾਤਸ਼ਾਹ, ਮੈਂ ਆਖਿਆ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਂ ਮੋਹਰਾਂ ਨਹੀਂ ਜੇ ਲੈਣੀਆਂ। ਚੰਗਾ ਭਾਈ ਦਇਆ ਸਿੰਘ ਜੀ, ਸਿੱਖ ਨੂੰ 21 ਬੁੱਕ ਮੋਹਰਾਂ ਦੇ ਦਿਓ। ਭਾਈ ਸਹਿਦੇ ਨੇ ਗਲ ਵਿੱਚ ਪਾਇਆ ਪਰਨਾ, ਦੋਨੇ ਜੋੜੇ ਹੱਥ, ਸੱਚੇ ਪਾਤਸ਼ਾਹ ਆਪ ਜੀ ਇਸ ਗਰੀਬੜੇ ਜੇ ਸਿੱਖ ਨੂੰ ਕਿਸੇ ਹਿਮਤਿਆਨ ਵਿੱਚ ਨਾ ਪਾਓ, ਪਰ ਮੈਂ ਮੋਹਰਾਂ ਨਹੀਂ ਜੇ ਲੈਣੀਆਂ, ਮੈਨੂੰ ਮੋਹਰਾਂ ਨਹੀਂ ਚਾਹੀਦੀਆਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਤੈਨੂੰ ਕੀ ਚਾਹੀਦਾ, ਤੂੰ ਕੀ ਲੈਣਾ? ਤੇ ਕਹਿੰਦਾ ਭਾਈ ਸਹਿਦਾ, ਮਲਾਹ ਕੋਲੋਂ ਪੈਸੇ ਲੈਂਦਾ ਚੰਗਾ ਨਹੀਂ ਲੱਗਦਾ। ਹੁਣ ਜਦੋਂ ਮਲਾਹ ਆਖਿਆ ਭਾਈ ਸਹਿਦੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ, ਤੇ ਭਾਈ ਦਇਆ ਸਿੰਘ ਜੀ ਦੇਖਦੇ ਹਨ ਵੀ ਮਲਾਹ ਕਹੀ ਜਾਂਦਾ ਕਲਗੀਧਰ ਪਾਤਸ਼ਾਹ ਨੇ, ਗਰੀਬੜਾ ਜਿਹਾ ਸਿੱਖ, ਪਰ ਇਸ ਰਮਜ ਨੂੰ ਕਲਗੀਧਰ ਪਾਤਸ਼ਾਹ ਸਮਝਦੇ ਹਨ। ਕਲਗੀਧਰ ਪਾਤਸ਼ਾਹ ਕਰਨ ਲੱਗੇ, ਫਿਰ ਦੱਸ ਤੈਨੂੰ ਕੀ ਚਾਹੀਦਾ? ਕਿਸੇ ਦੁਨਿਆਵੀ ਕਵੀ ਨੇ ਦੋ ਲੈਣਾ, ਕਈਆਂ ਤੋਂ ਕਹਿੰਦਾ ਮੋਹਰਾਂ ਦੇ ਕੇ ਗਲੋ ਲਾ ਨਹੀਂ, ਐਵੇਂ ਸ਼ਕਲ ਨਾ ਮੇਰੀ ਵਿਸਾਰ ਛੱਡੀ, ਅੱਜ ਤੁਸੀਂ ਆਏ ਮੈਂ ਪਾਰ ਕੀਤਾ, ਕੱਲ ਨੂੰ ਮੈਂ ਆਵਾਂ ਤੂੰ ਤਾਰ ਛੱਡੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਭਾਈ ਸਹਿਦਿਆ ਇਹ ਗੱਲ ਹੈ? ਹਾਂ ਮੇਰੇ ਪਾਤਸ਼ਾਹ ਇਹ ਗੱਲ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮੇਰੇ ਸਿੰਘ ਗਿਣ ਕੇ ਤਨੇ ਨੇ, ਸਿੰਘਾਂ ਦੀ ਗਿਣਤੀ ਕੀਤੀ ਸੱਚੇ ਪਾਤਸ਼ਾਹ ਵੀ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਾਨੂੰ ਭੁੱਲ ਗਏ? ਨਹੀਂ ਮੇਰੇ ਮਾਲਕ, ਆਪ ਜੀ ਸਣੇ 21 ਨੇ। ਅੱਗੋਂ ਜਵਾਬ ਦਿੱਤਾ ਕਲਗੀਧਰ ਪਾਤਸ਼ਾਹ ਜੀ ਨੇ, ਕਹਿੰਦੇ ਨੇ ਅੱਗੋਂ ਹੱਸ ਕੇ ਕਿਹਾ ਦਸਮੇਸ਼ ਜੀ ਨੇ, ਮੋਹਿਆ ਤੇਰੀਆਂ ਗੱਲਾਂ ਪਿਆਰੀਆਂ ਨੇ, ਅੱਜ ਅਸੀਂ ਆਏ ਤੂੰ ਪਾਰ ਕੀਤਾ, ਜਾਂ 21 ਕੁਲਾਂ ਤੇਰੀਆਂ ਤਾਰੀਆਂ ਨੇ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਭਾਈ ਸਹਿਦੇ ਤੇ ਇਤਨੇ ਮਿਹਰਬਾਨ ਹੋ ਗਏ, ਭਾਈ ਸਹਿਦੇ ਦੀਆਂ 21 ਕੁਲਾਂ ਹੀ ਤਾਰ ਦਿੱਤੀਆਂ, ਔਰ ਸਦਾ ਲਈ ਅਮਰ ਕਰਕੇ ਭਾਈ ਸਹਿਦੇ ਨੂੰ ਆਪਣੇ ਬਰੋਬਰ ਇਤਿਹਾਸ ਵਿੱਚ ਬਿਠਾ ਲਿਆ। ਕਲਗੀਧਰ ਪਾਤਸ਼ਾਹ ਜੀ।